ਹਫਤੇਪਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਬਰुण ਕੌਰ ਮਾਨ ਹਾਜ਼ਰ ਸਾਥਰੇ ਆਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਔਰ ਸ਼ੁਰੂਆਤ ਕਰਦੇ ਹਾਂ ਪਹਿਲਾਂ ਸੁਰਖੀਆਂ ਯੂਐਸਏ ਫਾਰਮ 'ਤੇ ਨੀਤੀ ਅਪਡੇਟ ਅਸਮਰਥਾਵਾ ਵਾਲੇ ਬੇਨਿਕਾਰਾਂ ਦੇ ਲਈ ਨੇਚਰਲਾਈਜ਼ੇਸ਼ਨਸ ਦੇ ਰੁਕਾਵਟਾਂ ਨੂੰ ਦੂਰ ਕਰਦੇ ਨੇ ਵਾਈਡਨ ਪ੍ਰਸ਼ਾਸਨ ਨੇ ਪ੍ਰਵਾਸੀਆਂ ਨੂੰ ਲੈ ਕੇ ਕੀਤੀ ਘੋਸ਼ਣਾ ਅਮਰੀਕਾ ਤੋਂ ਇਟਲੀ ਅਤੇ ਹੋਰਨਾ ਮੁਲਕਾਂ ਨਾਲ ਹਵਾਈ ਸੰਪਰਕ ਸੰਬੰਧੀ ਹੋਈ ਚਰਚਾ ਕੈਨੇਡਾ ਵਿੱਚ ਪ੍ਰਵਾਸੀਆਂ ਦੀ ਬਸੂ 83 ਲੱਖ ਤੋਂ ਟੱਪੀ ਕੈਨੇਡਾ ਵੀਜ਼ਾ ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ ਕੈਨੇਡਾ ਚ ਸ਼ਰਨ ਮੰਗਣ ਵਾਲੇ ਭਾਰਤੀਆਂ ਚ ਪੰਜਾਬੀ ਮੋਰੀ ਕੈਨੇਡਾ ਜਾ ਰਹੀ ਪੰਜਾਬਣ ਪੁੱਜੀ ਤਿਹਾਰ ਜੇਲ ਠੱਗ ਟਰੈਵਲ ਏਜੰਟ ਗਰੋ ਨੇ ਉਸ ਨੂੰ ਦਿੱਤਾ ਕੈਨੇਡਾ ਦਾ ਜਾਲੀ ਵੀਜ਼ਾ ਤੇ ਜਾਲੀ ਵਰਕ ਪਰਮਿਟ ਅਬੂਦਾਬੀ ਗਏ 100 ਪੰਜਾਬੀ ਫਸੇ ਨਹੀਂ ਦਿੱਤੇ ਜਾ ਰਹੇ ਪਾਸਪੋਰਟ ਪਾਪੇ ਯੂਕਰੇਨ ਜਾਣ ਦੇ ਲਈ ਦਿਵਾਲੀ ਤੋਂ ਬਾਅਦ ਵਿਦਿਆਰਥੀਆਂ ਨੇ ਕਰਵਾਈਆਂ ਸਨ ਟਿਕਟਾਂ ਬੁੱਕ ਹੁਣ ਅੱਧੇ ਰਸਤੇ ਚੋਂ ਆ ਰਹੇ ਨੇ ਵਾਪਸ ਡੀਜੀਸੀਏ ਨੇ ਸਪਾਈਸ ਜੈਟ ਤੋਂ ਹਟਾਈ ਪਾਬੰਦੀ 30 ਅਕਤੂਬਰ ਤੋਂ ਪੂਰੀ ਸਮਰੱਥਾ ਨਾਲ ਉਡਾਣ ਦਾ ਸੰਚਾਲਨ ਕਰੇਗੀ ਕੰਪਨੀ ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ ਪਹਿਲਾਂ ਗੱਲ ਕਰਦੇ ਹਾਂ ਯੂਐਸ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੀ ਜਾਨਕਿ ਯੂਐਸ ਸੀਆਈਐਸ ਨੇ ਫਾਰਮ 9648 ਨੂੰ ਪਿਛਲੇ ਦਿਨੀ ਅਪੰਗਤਾ અપਵਾਦਾਂ ਦੇ ਲਈ ਮੈਡੀਕਲ ਪ੍ਰਮਾਣਿਕरण ਦੇ ਸੰਸ਼ੋਧਨ ਨੂੰ ਸਪਸ਼ਟ ਕਰਨ ਅਤੇ ਅਨੁਕੂਲ ਬਣਾਉਣ ਦੇ ਲਈ ਅਪਡੇਟ ਕੀਤੀ ਨੀਤੀ ਮਾਰਗਦਰਸ਼ਨ ਦੀ ਘੋਸ਼ਣਾ ਕਰ ਦਿੱਤੀ ਰਾਸ਼ਟਰਪਤੀ ਵਾਈਡਨ ਦੇ ਕਾਰਜਕਾਰੀ ਆਦੇਸ਼ 1401 ਦੇ ਤਹਿਤ ਕਾਨੂੰਨੀ ਇਮੀਗ੍ਰੇਸ਼ਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀਆਂ ਵਿੱਚ ਵਿਸ਼ਵਾਸ ਨੂੰ ਬਹਾਲ ਕਰਨ ਅਤੇ ਨਵੀਂ ਅਮਰੀਕੀਆਂ ਦੇ ਲਈ ਏਕੀਕਰਨ ਅਤੇ ਸ਼ਮੂਲੀਅਤ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੇ ਪ੍ਰਸ਼ਾਸਨ ਦੇ ਇਸ ਟੀਚੇ ਦੇ ਨਾਲ ਇੱਕਸਾਰ ਫਾਰਮ N648 ਨੂੰ ਛੋਟਾ ਕੀਤਾ ਗਿਆ ਅਤੇ ਪਿਛਲੇ ਦਿਨੀ ਨਵੀਂ ਦਿਸ਼ਾ ਨਿਰਦੇਸ਼ਾਂ ਨੂੰ ਹੋਰ ਸਰਲ ਬਣਾਇਆ ਗਿਆ। ਬਿਨੇਕਾਰਾਂ ਅਤੇ ਮੈਡੀਕਲ ਪੇਸ਼ੇਵਾਰਾਂ ਦੇ ਲਈ ਰੁਕਾਵਟਾਂ ਨੂੰ ਦੂਰ ਕਰਨਾ ਫਾਰਮ ਸੰਸ਼ੋਧਨ ਕਾਰਜਕਾਰੀ ਆਰਡਰ 13985 ਦੇ ਤਹਿਤ ਘੱਟ ਸੇਵਾ ਪ੍ਰਾਪਤ ਆਬਾਦੀ ਦੇ ਲਈ ਰੁਕਾਵਟਾਂ ਨੂੰ ਦੂਰ ਕਰਨ ਨਸਲੀ ਅਤੇ ਬਰਾਬਰੀ ਨੂੰ ਅੱਗੇ ਵਧਾਉਣ ਤੇ ਸੰਘੀ ਸਰਕਾਰ ਦੁਆਰਾ ਅੰਡਰ ਸਬ-ਵਰਡ ਕਮਿਊਨਿਟੀਜ਼ ਦੇ ਲਈ ਸਹਾਇਤਾ ਲਈ ਇਸ ਪ੍ਰਸ਼ਾਸਨ ਦੇ ਟੀਚੇ ਦੇ ਜਵਾਬ ਵਿੱਚ ਨੇ ਤਬਦੀਲੀਆਂ ਨੂੰ ਜਨਤਕ ਟਿੱਪਣੀਆਂ ਅਤੇ ਫਾਰਮ ਦੇ ਸੰਬੰਧ ਵਿੱਚ ਫੈਡਰਲ ਰਜਿਸਟਰ ਨੋਟਿਸ ਦੇ ਜਵਾਬ ਵਿੱਚ ਪ੍ਰਾਪਤ ਕੀਤੇ ਗਏ ਫੀਡਬੈਕ ਅਤੇ ਜਨਤਕ ਇਨਪੁਟ ਦੇ ਲਈ ਬੇਨਤੀ ਯੂਐਸਸੀਆਈ ਸਲਾਬਾਂ ਅਤੇ ਸੇਵਾਵਾਂ ਵਿੱਚ ਰੁਕਾਵਟਾਂ ਦੀ ਪਛਾਣ ਕਰਨ ਦੇ ਲਈ 2 ਅਪ੍ਰੈਲ 2021 ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ ਦੁਆਰਾ ਇਹਨਾਂ 'ਚ ਸੇਧ ਦਿੱਤੀ ਗਈ ਇੱਕ ਸ਼ਾਨਦਾਰ ਉਦਾਹਰਣ ਹੈ ਕਿ ਜਿਵੇਂ USCIS ਲੋਕਾਂ ਨੂੰ ਸੁਣ ਰਿਹਾ ਹੈ ਜੋ ਉਹਨਾਂ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਸੰਬੋਧਿਤ ਕਰਨ ਵਿੱਚ ਸੇਵਾ ਕਰਦਾ ਹੈ ਕਿ ਏਜੰਸੀ ਵਜੋਂ ਸਾਡੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ USCIS ਦੇ ਡਾਇਰੈਕਟਰ ਔਰ ਐਮ ਜਾਡੋ ਨੇ ਕਿਹਾ ਫਾਰਮ N-648 ਵਿੱਚ ਕੀਤੀਆਂ ਤਬਦੀਲੀਆਂ ਇੱਕ ਹੋਰ ਤਰੀਕਾ ਹੈ ਜਿਸ ਵਿੱਚ USCIS ਰਾਸ਼ਟਰਪਤੀ ਵਾਈਡਨ ਦੇ ਕਾਰਜਕਾਰੀ ਆਦੇਸ਼ 140 12 ਦੇ EO 13985 ਦੇ ਅਨੁਸਾਰ ਨੇਚੁਰਲਾਈਜੇਸ਼ਨ ਵਿੱਚ ਰੁਕਾਵਟਾਂ ਨੂੰ ਦੂਰ ਕਰ ਰਿਹਾ ਹੈ। ਪਿਛਲੇ ਦਿਨੀ ਵਾਇਡਨ ਪ੍ਰਸ਼ਾਸਨ ਨੇ ਘੋਸ਼ਣਾ ਕੀਤੀ ਸੀ ਕਿ ਉਹ 24000 ਵੈਨਜ਼ੁਏਲਾ ਪ੍ਰਵਾਸੀਆਂ ਨੂੰ ਮਾਨਵਤਾਵਾਦੀ ਪੈਰੋਲ ਵਧਾਏਗਾ। ਅਤੇ ਯੂਐਸ ਹਵਾਈ ਅੱਡਿਆਂ ਤੇ ਪਹੁੰਚਦੇ ਨੇ ਇਸ ਦੇ ਨਾਲ ਹੀ ਜ਼ਮੀਨ ਰਾਹੀਂ ਯੂਐਸ ਮੈਕਸੀਕੋ ਸਰਹੱਦ ਪਾਰ ਕਰਨ ਵਾਲੇ ਵੈਨਜ਼ੂਏਲਾ ਦੇ ਪ੍ਰਵਾਸੀਆਂ ਨੂੰ ਟਾਈਟਲ 42 ਦੇ ਤਹਿਤ ਤੁਰੰਤ ਮਾਕਸ ਕੋ ਵਾਪਸ ਕਰ ਦਿੱਤਾ ਜਾਏਗਾ 트럼ਪ ਯੁੱਗ ਦੀ ਨੀਤੀ ਦੇ ਸੰਭਾਵੀ ਤੌਰ ਤੇ ਮਹੱਤਮਪੂਰਨ ਵਿਸਥਾਰਤੀ ਗੱਲ ਹੈ ਸੇਰ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਇਟਲੀ ਅਤੇ ਹੋਰਨਾਂ ਮੁਲਕਾਂ ਨਾਲ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਵਿੱਚ ਫ্লাই ਅੰਮ੍ਰਿਤਸਰ ਇਨੀਸ਼ੀਏਟਿਵ ਨੇ ਇਟਲੀ ਦੇ ਮਿਲਾਨ ਬਰਗਾਮੋ ਹਵਾਈ ਅੱਡੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਹਵਾਈ ਅੱਡੇ ਤੇ ਹੋਰ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਲਿਆਉਣ ਦੇ ਲਈ ਇੱਕ ਕੇਂਦਰਿਤ ਪਹਿਲ ਕਦਮੀ ਹੈ ਜੋ 1990 ਦੇ ਦਹਾਕੇ ਵਿੱਚ ਅੰਮ੍ਰਿਤਸਰ ਤੋਂ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੁਆਰਾ ਸ਼ੁਰੂ ਕੀਤੇ ਗਏ ਕੰਮ ਨੂੰ ਅੱਗੇ ਵਧਾਉਂਦੀ ਹੈ ਇਸ ਮੀਟਿੰਗ ਵਿੱਚ ਅੰਮ੍ਰਿਤਸਰ ਤੋਂ ਭਾਰਤੀ ਕਾਇਦੇ ਕਨਵੀਨਰ ਇੰਡੀਆ ਯੋਗੇਸ਼ ਕਾਮਰਾ ਤੇ ਮੈਂਬਰ ਰਵਰੀਤ ਸਿੰਘ ਅਮਰੀਕਾ ਤੋਂ ਗਲੋਬਲ ਕਨਵੀਨਰ ਸਮੀਪ ਸਿੰਘ ਗੁੰਟਾਲਾ ਤੇ ਕੈਨੇਡਾ ਤੋਂ ਮੁਖ ਬਿਲਾਰੇ ਮੋਹਿਤ ਤੰਜੂ ਨੇ ਦੋਵਾਂ ਸ਼ਹਿਰਾਂ ਵਿਚਕਾਰ ਅਨੁਸੂਚਿਤ ਹਵਾਈ ਸੰਪਰਕ ਸਥਾਪਤ ਕਰਨ ਸੰਬੰਧੀ ਮਿਲਾਨ ਬਰਗਾਮੋ 에ਅਰਪੋਰਟ ਦੇ ਵਪਾਰਕ ਮਾਮਲਿਆਂ ਦੇ ਡਾਇਰੈਕਟਰ ਗਿਆ ਕੋਮੋ ਕੈਟਾਨੀਓ ਨਾਲ ਗੱਲਬਾਤ ਕੀਤੀ। ਇੱਕ ਪ੍ਰੈਸ ਬਿਆਨ ਵਿੱਚ ਯੋਗੇਸ਼ ਕਾਮਰਾ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਭਾਰਤ ਅਤੇ ਇਟਲੀ ਦਰਮਿਆਨ ਦਵੱਲੇ ਹਵਾਈ ਸੇਵਾ ਸਮਝੌਤਿਆਂ ਤੇ ਲੰਬੀ ਚਰਚਾ ਕੀਤੀ ਗਈ ਜਿਸ ਨਾਲ ਦੋਨਾਂ ਦੇਸ਼ਾਂ ਦੇ ਨਿਰਧਾਰਿਤ ਹਵਾਈ ਅੱਡਿਆਂ ਤੇ ਉਡਾਣਾਂ ਚਲਾਉਣ ਦੀ ਆਗਿਆ ਹੁੰਦੀ ਹੈ। ਇਸ ਦੇ ਨਾਲ ਹੀ ਹਵਾਈ ਅੱਡਿਆਂ ਵਿੱਚਕਾਰ ਪ੍ਰਤੀ ਹਫ਼ਤੇ ਕਿੰਨੀਆਂ ਸਵਾਰੀਆਂ ਆ ਸਕਦੀਆਂ ਨੇ ਹੋਰ ਵਪਾਰ ਜਾਗਰੂਕਤਾ ਪੈਦਾ ਕਰਨ ਦੇ ਲਈ ਵੱਖ-ਵੱਖ 에ਅਰਲਾਈਨਸ ਨੂੰ ਸੱਦਾ ਦੇਣ ਦੇ ਮੁੱਦਿਆਂ ਤੇ ਵੀ ਚਰਚਾ ਹੋਈ ਦੋਵੇਂ ਧਿਰਾਂ ਆਪਸੀ ਤੌਰ ਤੇ ਪੰਜਾਬ ਅਤੇ ਇਟਲੀ ਦਰਮਿਆਨ ਹਵਾਈ ਸੰਪਰਕ ਬਣਾਉਣ ਅਤੇ ਪੰਜਾਬੀਆਂ ਤੱਕ ਜਾਣਕਾਰੀ ਪਹੁੰਚਾਉਣ ਸੰਬੰਧੀ ਮਿਲ ਕੇ ਕੰਮ ਕਰਨ ਦੇ ਲਈ ਸਹਿਮਤ ਹੋਈਆਂ ਜਿਸ ਦੀ ਪਿਛਲੇ ਕੁਝ ਦਹਾਕਿਆਂ ਤੋਂ ਮੰਗ ਕੀਤੀ ਜਾ ਰਹੀ ਹੈ ਅੰਕੜਿਆਂ ਦੇ ਅਨੁਸਾਰ ਮਈ ਮਹੀਨੇ ਨੂੰ ਛੱਡ ਕੇ ਜਨਵਰੀ ਤੋਂ ਲੈ ਕੇ ਅਗਸਤ 2022 ਦਰਮਿਆਨ 20000 ਤੋਂ ਬਾਅਦ ਯਾਤਰੀਆਂ ਦੀ ਵੱਡੀ ਗਿਣਤੀ ਨੇ ਅੰਮ੍ਰਿਤਸਰ ਅਤੇ ਮਿਲਾਨ ਬਰਗਾਮੋ ਹਵਾਈ ਅੱਡੇ ਵਿੱਚ ਕਰ ਯਾਤਰਾ ਕੀਤੀ। ਇਨ੍ਹਾਂ ਅੰਕੜਿਆਂ ਵਿੱਚ ਅੰਮ੍ਰਿਤਸਰ ਤੋਂ ਰੋਮ ਅਤੇ ਮਿਲਾਨ ਮਾਲਪੈਂਸਾ ਹਵਾਈ ਅੱਡੇ ਦੇ ਹਜ਼ਾਰਾਂ ਯਾਤਰੀ ਸ਼ਾਮਲ ਨਹੀਂ ਹਨ। ਵਰਤਮਾਨ ਵਿੱਚ ਭਾਰਤੀ ਘੱਟ ਕੀਮਤ ਵਾਲੀ 에ਅਰਲਾਈਨ ਸਪਾਈਸ ਜੈਟ ਅਤੇ ਇਟਲੀ ਦੀ ਨਿਓਸ 에ਅਰ ਅੰਮ੍ਰਿਤਸਰ ਤੋਂ ਮਿਲਾਨ ਅਤੇ ਰੋਮ ਦੇ ਲਈ ਇਹਨਾਂ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਕਰ ਰਹੇ ਨੇ। ਏਅਰ ਇੰਡੀਆ ਨੇ 2021 ਵਿੱਚ ਲਗਭਗ 6 ਮਹੀਨਿਆਂ ਲਈ ਅੰਮ੍ਰਿਤਸਰ ਅਤੇ ਰੋਮ ਵਿਚਕਾਰ ਬੰਦੇ ਭਾਰਤ ਮਿਸ਼ਨ ਤਹਿਤ ਸਿੱਧੀਆਂ ਉਡਾਣਾਂ ਵੀ ਚਲਾਈਆਂ ਸੀ ਮਿਲਾਨ ਬਰਗਾਮੋ 에어ਪੋਰਟ ਦੇ ਡਾਇਰੈਕਟਰਸ ਆ ਕੋਮੋ ਕੈਟਾਨਿਓ ਨੇ 에어ਪੋਰਟ ਬਾਰੇ ਜਾਣਕਾਰੀ ਪੇਸ਼ ਕੀਤੀ ਉਹਨਾਂ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੀ ਵੱਡੀ ਆਬਾਦੀ ਜੋ ਇਟਲੀ ਅਤੇ 에어ਪੋਰਟ ਦੇ ਨੇੜਲੇ ਸ਼ਹਿਰਾਂ ਵਿੱਚ ਵੱਸਦੀ ਹੈ ਦੇ ਅੰਕੜੇ ਵੀ ਸਾਂਝੇ ਕੀਤੇ ਇਸ ਵਿੱਚ ਪੰਜਾਬੀਆਂ ਦੀ ਬਹੁਤਾਂ ਗਿਣਤੀ ਬਰਗਾਮੋ ਮਿਲਾਨ 에ਅਰਪੋਰਟ ਦੇ ਨੇੜਲੇ ਇਲਾਕਿਆਂ ਵਿੱਚ ਹੈ। ਕੈਟਾਨੀਓ ਪੰਜਾਬ ਤੋਂ ਇਟਲੀ ਲਈ ਸਿੱਧੀਆਂ ਉਡਾਣਾਂ ਦੀ ਗਿਣਤੀ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਸੀ ਜੋ ਕਿ ਕਈ ਵਾਰ ਰੋਜ਼ਾਨਾ 3 ਉਡਾਣਾਂ ਤੱਕ ਸੀ। ਕੈਟਾਨੀਓ ਨੇ ਮਿਲਾਨ ਅੰਮ੍ਰਿਤਸਰ ਹਵਾਈ ਸੰਪਰਕ ਨੂੰ ਇੱਕ ਸਥਾਈ ਰੂਟ ਬਣਾਉਣ ਦੇ ਲਈ ਜ਼ੋਰਦਾਰ ਇੱਛਾ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਇਹ ਵੀ ਸਾਂਝਾ ਕੀਤਾ ਹੈ ਕਿ ਬਹੁਗਿਣਤੀ ਪੰਜਾਬੀਆਂ ਦੇ ਇਸ ਹਵਾਈ ਅੱਡੇ ਦੇ ਕੋਲ ਹੋਣ ਨਾਲ ਪੰਜਾਬੀਆਂ ਦੇ ਨਾਲ ਬਰਗਾਮੋ ਦੇ ਆਲੇ-ਦੁਆਲੇ ਵਪਾਰਕ ਅਤੇ ਉਦਯੋਗਿਕ ਖੇਤਰਾਂ ਨੂੰ ਵੀ ਬਹੁਤ ਲਾਭ ਪਹੁੰਚੇਗਾ। ਇੱਕ ਕਾਮਯਾਬ ਹਵਾਈ ਸੰਪਰਕ ਸਾਬਤ ਹੋ ਸਕਦਾ ਹੈ। ਕਾਮਰਾ ਨੇ ਅਗਾਹ ਦੱਸਿਆ ਕਿ ਸਿੱਧੀਆਂ ਉਡਾਣਾਂ ਦੇ ਨਾਲ ਯੂਰਪ ਦੇ ਹੋਰ ਮੁਲਕਾਂ ਯੂਨਾਈਟਿਡ ਕਿੰਗਡਮ ਅਤੇ ਉੱਤਰੀ ਅਮਰੀਕਾ ਨਾਲ ਅਗਾਹ ਕਨੈਕਸ਼ਨ ਹੋਣ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਕੀਤੀ ਗਈ ਹੈ ਕਿਉਂਕਿ ਯੂਰਪ ਦੇ ਬਹੁਤ ਸਾਰੇ ਪ੍ਰਮੁੱਖ ਹਵਾਈ ਅੱਡੇ ਹੁਣ ਦੇਤ ਤਬਦਲਾ ਜਾਨੀ ਕਿ ਸੈਲਫ ਟ੍ਰਾਂਸਫਰ ਦੀ ਸਹੂਲਤ ਪ੍ਰਦਾਨ ਕਰਦੇ ਨੇ। ਕੈਨੇਡਾ ਵਿੱਚ ਪ੍ਰਵਾਸੀਆਂ ਦੀ ਗਿਣਤੀ 83 ਲੱਖ ਤੋਂ ਟੱਪ ਗਈ ਹੈ ਅਤੇ ਇਹਨਾਂ ਵਿੱਚ ਸਭ ਤੋਂ ਵੱਧ 18.6% ਦੀ ਭਾਰਤੀ ਦੱਸੇ ਜਾ ਰਹੇ ਨੇ। 2021 ਦੀ ਮਰਦ ਸ਼ੁਮਾਰੀ ਦੇ ਅੰਕੜਿਆਂ ਦੇ ਮੁਤਾਬਕ ਕੈਨੇਡਾ ਦੀ ਕੁੱਲ ਆਬਾਦੀ ਦਾ 23% ਦੀ ਪ੍ਰਵਾਸੀ ਰਹ ਰਹੇ ਨੇ ਅਤੇ ਇਸ ਵੇਲੇ ਕੈਨੇਡਾ ਆ ਰਹੇ ਨੇ। ਪੰਜ ਵਿੱਚੋਂ ਇੱਕ ਪ੍ਰਵਾਸੀ ਜਨਮ ਭਾਰਤ ਵਿੱਚ ਹੋਇਆ ਹੈ। 2000 16 ਤੋਂ 2021 ਦਰਮਿਆਨ ਹਰ 5 ਨਵੇਂ ਕਾਮਿਆਂ ਵਿੱਚੋਂ 4 ਪ੍ਰਵਾਸੀ ਸਨ ਅਤੇ ਇਹ ਅੰਕੜਾ ਦੇਖ ਕੇ ਆਖਿਆ ਜਾ ਸਕਦਾ ਹੈ ਕਿ ਦੇਸ਼ ਦੇ ਆਰਥਿਕ ਵਿਕਾਸ ਵਿੱਚ ਕਿੰਨਾ ਯੋਗਦਾਨ ਪ੍ਰਵਾਸੀਆਂ ਵੱਲੋਂ ਪਾਇਆ ਜਾ ਰਿਹਾ ਕਿਸੇ ਵੱਲੋਂ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਵਿੱਚੋਂ ਜ਼ਿਆਦਾਤਰ ਯੂਰੋਪੀ ਮੂਲਕਾਂ ਨਾਲ ਸੰਬੰਧਿਤ ਹੁੰਦੇ ਸੀ ਪਰ ਹੁਣ ਏਸ਼ੀਆ ਸਭ ਤੋਂ ਅੱਗੇ ਹੋ ਗਿਆ ਅਤੇ ਏਸ਼ੀਆਈ ਦੇਸ਼ਾਂ ਵਿੱਚੋਂ ਭਾਰਤ ਨੇ ਪਹਿਲਾ ਸਥਾਨ ਹਾਸਲ ਕੀਤਾ। ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਨੇ ਕਿਹਾ ਕਿ ਕੈਨੇਡਾ ਪ੍ਰਵਾਸੀਆਂ ਦਾ ਮੁਲਕ ਹੈ ਜਿਨ੍ਹਾਂ ਵੱਲੋਂ ਇੱਥੋਂ ਦੇ ਸਕੂਲਾਂ, ਹਸਪਤਾਲਾਂ ਅਤੇ ਬੁਨਿਆਦੀ ਸਮਾਜਿਕ ਸੇਵਾ ਵਿੱਚ ਯੋਗਦਾਨ ਪਾਇਆ ਜਾ ਰਿਹਾ। ਇੱਥੋਂ ਤੱਕ ਕਿ ਵਿਰਧ ਹੁੰਦੀ ਆਬਾਦੀ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਵੀ ਪ੍ਰਵਾਸੀ ਵੱਡਾ ਯੋਗਦਾਨ ਪਾ ਰਹੇ ਨੇ। ਕੈਨੇਡਾ ਜਾਣ ਦੇ ਚਾਹਵਨ ਵਿਦਿਆਰਥੀਆਂ ਦੇ ਲਈ ਇਸ ਹਫਤੇ ਚੰਗੀ ਖਬਰ ਆਈ ਕੈਨੇਡਾ ਵੱਲੋਂ ਵਿਦਿਆਰਥੀਆਂ ਦੇ ਲਈ ਵੀਜ਼ਾ ਰੱਦ ਕਰਨ ਦੀ ਦਰ ਜੋ 2019 ਵਿੱਚ ਕੋਵਿਡ-19 ਦੀ ਸ਼ੁਰੂਆਤ ਦੇ ਨਾਲ ਲਗਭਗ 35% ਤੋਂ ਸ਼ੁਰੂ ਹੋਈ ਸੀ ਉਹ 2022 ਵਿੱਚ ਘਟ ਕੇ 60% ਹੋ ਗਈ ਥੋ ਤੱਕ ਕਿ ਚੰਗੇ ਪ੍ਰੋਫਾਈਲ ਵੀ ਬਿਨਾਂ ਕਿਸੇ ਕਾਰਨ ਦੇ ਰੱਦ ਹੋ ਰਹੇ ਸਨ ਅਤੇ ਵਿਦਿਆਰਥੀਆਂ ਨੂੰ ਵੀਜ਼ਾ ਲੈਣ ਦੇ ਲਈ 8 ਤੋਂ 10 ਮਹੀਨੇ ਜਾਂ ਇਸ ਤੋਂ ਵੱਧ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਕੁਝ ਰਾਹਤ ਦੇ ਨਾਲ ਰੱਦ ਹੋਣ ਦੀ ਦਰ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹਾਲਾਂਕਿ ਇਹ ਪ੍ਰਕਿਰਿਆ ਕਾਫੀ ਹੌਲੀ ਹੈ ਬਜਲੇ ਕੁਝ ਹਫ਼ਤਿਆਂ ਵਿੱਚ 3 ਸਾਲਾਂ ਦੇ ਅੰਤਰਾਲ ਵਾਲੇ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਮਿਲਿਆ ਹੈ ਕੰਸਲਟੈਂਟੈਂਟਸ ਨੇ ਦੱਸਿਆ ਹੈ ਕਿ ਸੁਧਾਰ ਪਿੱਛੇ ਇੱਕ ਮੁੱਖ ਕਾਰਨ ਇਹ ਹੈ ਕਿ ਕੈਨੇਡਾ ਤੋਂ ਜ਼ਿਆਦਾ ਰਿਜੈਕਟ ਹੋਣ ਕਾਰਨ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਯੂਕੇ, ਅਮਰੀਕਾ ਅਤੇ ਆਸਟ੍ਰੇਲੀਆ ਤੋਂ ਵਿਦਿਆਰਥੀ ਵੀਜ਼ਿਆਂ ਲਈ ਅਪਲਾਈ ਕੀਤਾ। ਇੱਕ ਕੰਸਲਟੈਂਟੈਂਟਸ ਨੇ ਦੱਸਿਆ ਹੈ ਕਿ ਪਹਿਲਾਂ ਅਸਵੀਕਾਰ ਹੋਣ ਦੀ ਦਰ ਬਹੁਤ ਜ਼ਿਆਦਾ ਹੋ ਗਈ ਸੀ ਅਤੇ 10 ਵਿੱਚੋਂ ਕੇਵਲ 4 ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਮਿਲ ਰਿਹਾ ਸੀ ਪਰ ਪਿਛਲੇ ਕੁਝ ਹਫ਼ਤਿਆਂ ਵਿੱਚ ਇਸ ਵਿੱਚ ਸੁਧਾਰ ਹੋਇਆ ਅਤੇ ਹੁਣ 5 ਤੋਂ 6 ਵਿਦਿਆਰਥੀਆਂ ਨੂੰ 10 ਅਰਜ਼ੀਆਂ ਦਾ ਵੀਜ਼ਾ ਮਿਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ਦਾ ਸਰਕਾਰ ਜਿਹੜੀ ਹੈ ਸ਼ਾਇਦ ਹੀ 2 ਸਾਲਾਂ ਤੋਂ ਵੱਧ ਦੇ ਅਧਿਅਨ ਦੇ ਅੰਤਰ ਨੂੰ ਮੰਨਦੀ ਹੈ ਪਰ ਹੁਣ 3 ਸਾਲਾਂ ਦੇ ਅੰਤਰਾਲ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਮਿਲ ਰਿਹਾ ਹੈ ਉਹਨਾਂ ਨੇ ਵੀ ਦੱਸਿਆ ਹੈ ਕਿ ਪਹਿਲਾਂ ਚੰਗੀਆਂ ਪ੍ਰੋਫਾਈਲਾਂ ਨੂੰ ਰੱਦ ਕੀਤਾ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ ਹਾਲਾਂਕਿ ਚੋਣਾਂ ਅਤੇ ਉਸ ਦਾ ਰੁਝਾਨ ਅਜੇ ਵੀ ਜਾਰੀ ਹੈ ਉਹਨਾਂ ਨੇ ਕਿਹਾ ਕਿ ਹੁਣ ਵੀਜ਼ਾ ਅਰਜ਼ੀਆਂ ਵਿੱਚ ਵਾਧਾ ਹੋਣ ਦੇ ਬਾਵਜੂਦ ਚੰਗੀ ਗਿਣਤੀ ਦੇ ਵਿਦਿਆਰਥੀਆਂ ਨੂੰ ਵੀਜ਼ੇ ਮਿਲ ਰਹੇ ਨੇ ਸਲਾਹਕਾਰਾਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਮੁੱਖ ਤੌਰ ਤੇ ਪੰਜਾਬੀ ਮੋਂਟਰੀਅਲ ਜਨਕੀਕਿਊਬੈਕ ਸੁਵਿਧੇ ਕਾਲਜਿਸ ਦੇ ਵਿੱਚ ਦਾਖਲਾ ਲੈਂਦੇ ਨੇ ਅਤੇ ਮਹਾਮਾਰੀ ਦੌਰਾਨ ਵੀ ਇਹੀ ਰੁਝਾਨ ਰਿਹਾ ਇਸ ਦੌਰਾਨ ਜਦੋਂ ਤੋਂ ਕੈਨੇਡਾ ਨੇ ਅਰਜ਼ੀਆਂ ਨੂੰ ਰੱਦ ਕਰਨਾ ਸ਼ੁਰੂ ਕੀਤਾ ਦੂਜੇ ਦੇਸ਼ਾਂ ਜਿਵੇਂ ਕਿ ਯੂਕੇ ਆਸਟ੍ਰੇਲੀਆ ਤੇ ਅਮਰੀਕਾ ਨੂੰ ਵਧੇਰੇ ਅਰਜ਼ੀਆਂ ਪ੍ਰਾਪਤ ਕਰਨੀਆਂ ਸ਼ੁਰੂ ਹੋ ਗਈਆਂ ਬ੍ਰਿਟਿਸ਼ ਆਈ ਕਮਿਸ਼ਨ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਕਿ ਯੂਕੇ ਨੇ ਜੂਨ 2022 ਤੱਕ 1 ਲੱਖ 17965 ਸਪான்ਸਰਡ ਸਟੱਡੀ ਵੀਜ਼ੇ ਜਾਰੀ ਕੀਤੇ ਜੋ ਕਿ 2019 ਦੇ ਮੁਕਾਬਲੇ 215% ਵਾਧਾ ਹੈ ਜਦੋਂ ਕਿ ਕੇਵਲ 37396 ਸਪਾਂਸਰਡ ਸਟੱਡੀ ਵੀਜ਼ਾ ਜਾਰੀ ਕੀਤੇ ਗਏ ਨਾਲ ਹੀ ਭਾਰਤ ਯੂਕੇ ਤੋਂ ਸਭ ਤੋਂ ਵੱਧ ਸਪਾਂਸਰਡ ਸਟੱਡੀ ਵੀਜ਼ਾ ਪ੍ਰਾਪਤ ਕਰਨ ਦੀ ਸੂਚੀ ਵਿੱਚ ਸਿਖਰ ਤੇ ਹੈ ਅਤੇ ਚੀਨ ਨੂੰ ਪਛਾੜ ਗਿਆ ਹੈ ਉਹ ਦੱਸਦੇ ਨੇ ਕਿ ਯੂਕੇ ਵਿੱਚ ਵਿਦਿਆਰਥੀ ਵੀਜ਼ਾ ਦੀ ਸਫਲਤਾ ਦਰ 100% ਦੇ ਨੇੜੇ ਹੈ। ਸਪான்ਸਰਡ ਸਟੂਡੈਂਟਸ ਵੀਜ਼ਾ 1 ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਆ ਜਾਂਦਾ ਹੈ ਜੋ ਕਿ ਵਿਦਿਆਰਥੀਆਂ ਵਿੱਚ ਮੁੱਖ ਆਕਰਸ਼ਣ ਹੈ। ਨਾਲ ਹੀ ਅਮਰੀਕਾ ਵਿੱਚ ਵਿਦਿਆਰਥੀ ਸਵੀਕ੍ਰਿਤੀ ਦਰ 95% ਸੀ ਅਤੇ ਅਜਿਹੀ ਸਥਿਤੀ ਵਿੱਚ ਕੈਨੇਡਾ ਚੀਜ਼ਾਂ ਨੂੰ ਹਲਕੇ ਵਿੱਚ ਨਹੀਂ ਲੈ ਸਕਦਾ ਇਸ ਲਈ ਉਸਨੇ ਸਾਰੇ ਮਾਮਲਿਆਂ ਨੂੰ ਧਿਆਨ ਨਾਲ ਵਿਚਾਰਨਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਦੇ ਵਿੱਚ ਸਿਆਸੀ ਸ਼ਰਨ ਮੰਗਣ ਦੀ ਗੱਲ ਚੱਲ ਰਹੀ ਰੈਕર્ડ ਦਾ ਪੰਜਾਬ ਧੂਰਾ ਬਣਿਆ ਹੋਇਆ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਸਿਆਸੀ ਅਤਿਆਚਾਰ ਦਾ ਹਵਾਲਾ ਦੇ ਕੇ ਕੈਨੇਡਾ ਵਿੱਚ ਸ਼ਰਨ ਮੰਗ ਰਹੇ ਨੇ ਜੀ ਹਾਂ ਸ਼ਰਨ ਮੰਗਣ ਵਾਲਿਆਂ ਵੱਲੋਂ ਅਰਜ਼ੀ 'ਚ ਜ਼ਿਆਦਾਤਰ ਇਹ ਕਿਹਾ ਜਾਂਦਾ ਹੈ ਕਿ ਖਾਲਿਸਤਾਨ ਸਮਰਥਕ ਹੋਣ ਕਰਕੇ ਉਹਨਾਂ ਨੂੰ ਤੇ ਜ਼ੁਲਮ ਹੋ ਰਿਹਾ ਭਾਰਤ ਵਿੱਚੋਂ ਨਿਕਲੇ 6537 ਲੋਕਾਂ ਨੇ ਪਿਛਲੇ 10 ਸਾਲਾਂ ਵਿੱਚ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਕੈਨੇਡਾ ਕੋਲ ਨਾਗਰਿਕਤਾ ਦੇ ਲਈ ਅਰਜ਼ੀ ਲਾਈ ਹੈ ਅਰਜ਼ੀਕਰਤਾਵਾਂ ਵਿੱਚ ਅੱਧੇ ਤੋਂ ਵੱਧ ਪੰਜਾਬ ਨਾਲ ਸੰਬੰਧਿਤ ਨੇ ਇੱਥੇ ਦੱਸਣ ਯੋਗ ਹੈ ਕਿ ਸਿਆਸੀ ਸ਼ਰਨ ਦੇ ਕੇਸ ਲੜਨ ਵਾਲੇ ਵਕੀਲ ਅਜਿਹੇ ਕੇਸ ਦਾਇਰ ਕਰਨ ਦੇ ਲਈ 30 ਤੋਂ 35 ਲੱਖ ਰੁਪਏ ਤੱਕ ਚਾਰਜ ਕਰ ਰਹੇ ਨੇ ਲੁਧਿਆਣਾ ਦੇ ਰਾਏਕੋਟ ਸ਼ਹਿਰ ਦੇ ਕুতਬਾ ਗੇਟ ਦੀ ਰਹਿਣ ਵਾਲੀ ਕਿਰਨਜੀਤ ਕੌਰ ਤੋਂ 27 ਲੱਖ ਰੁਪਏ ਲੈਣ ਤੋਂ ਬਾਅਦ ਟਰੱਗ ਟਰੈਵਲ ਏਜੰਟ ਗਰੋ ਨੇ ਉਸ ਨੂੰ ਕੈਨੇਡਾ ਦਾ ਜਲਦੀ ਵੀਜ਼ਾ ਅਤੇ ਵਰਕ ਪਰਮਿਟ ਦੇ ਦਿੱਤਾ ਸੁਨਹਿਰੀ ਭਵਿਕ ਦੇ ਲਈ ਸੁਪਨੇ ਲੈ ਕੇ 2 ਮਾਰਚ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਨੇਡਾ ਜਾਣ ਦੇ ਲਈ ਉਡਾਣ ਭਰਨ ਪਹੁੰਚੀ ਕਿਰਨਜੀਤ ਕੌਰ ਨੂੰ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ। ਜਾਲੀ ਵੀਜ਼ਾ ਅਤੇ ਵਰਕ ਪਰਮਿਟ ਲੈ ਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਕਿਰਨਜੀਤ ਕੌਰ ਖਿਲਾਫ ਏਅਰਪੋਰਟ ਥਾਣੇ ਵਿੱਚ ਕੇਸ ਦਰਜ ਕਰਕੇ ਉਸ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ। ਤਿਹਾੜ ਜੇਲ੍ਹ ਤੋਂ ਜ਼ਮਾਨਤ ਤੇ ਰਿਹਾਅ ਹੋਣ ਮਗਰੋਂ ਕਿਰਨਜੀਤ ਕੌਰ ਨੇ ਜ਼ਿਲ੍ਹਾ ਦਿਹਾਤੀ ਪੁਲਿਸ ਮੁਖੀ ਐਸਐਸਪੀ ਹਰਜੀਤ ਸਿੰਘ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ਦੀ ਜਾਂਚ ਐਸਪੀ ਹਰਵਿੰਦਰ ਸਿੰਘ ਨੇ ਕੀਤੀ। ਰੋਜ਼ਗਾਰ ਦੇ ਸਿਲਸਿਲੇ ਵਿੱਚ ਆਬੂਤਾਬੀ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਗਏ 100 ਪੰਜਾਬੀ ਉੱਥੇ ਫਸ ਗਏ ਕਿਉਂਕਿ ਉਹਨਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਪਰ ਪਾਸਪੋਰਟ ਵਾਪਸ ਨਹੀਂ ਦਿੱਤੇ ਜਾ ਰਹੇ ਅਤੇ ਇਸ ਦੇ ਲਈ ਵਿਦੇਸ਼ ਮੰਤਰਾਲੇ ਐਸ. ਜੇ. ਸ਼ੰਕਰ ਨੂੰ ਪੱਤਰ ਲਿਖ ਕੇ ਨੌਜਵਾਨਾਂ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਇਦਾਂ ਦੀਆਂ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਨੇ ਜਿੱਥੇ ਭਾਰਤੀ ਪੰਜਾਬੀ ਜਾਂ ਹੋਰ ਦੇਸ਼ਾਂ ਦੇ ਲੋਕ ਜਾਲੀ ਟਰੈਵਲ ਏਜੰਟਾਂ ਦੇ ਹੱਥ ਚੜ੍ਹ ਕੇ ਗਲਤ ਦੇਸ਼ ਚਲੇ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਕਰਮਚਾਰੀਆਂ ਨੇ ਭਾਰਤ ਪਰਤਣ ਦੇ ਲਈ ਆਨਲਾਈਨ ਅਪਲਾਈ ਕੀਤਾ ਹੈ ਪਰ ਪਾਸਪੋਰਟ ਨਾ ਹੋਣ ਕਾਰਨ ਉਹ ਨਹੀਂ ਆ ਸਕਦੇ ਉਹਨਾਂ ਦੇ ਮਾਤਾ ਪਿਤਾ ਹਵਾਈ ਟਿਕਟ ਦਾ ਭੁਗਤਾਨ ਕਰਨ ਦੇ ਲਈ ਵੀ ਤਿਆਰ ਨੇ ਪਰ ਕੰਪਨੀ ਪਾਸਪੋਰਟ ਵਾਪਸ ਨਹੀਂ ਕਰ ਰਹੀ ਹੈ ਰੂਸ ਯੂਕਰੇਨ ਸੰਕਟ ਆਪਣੀ ਪੜਾਈ ਨੂੰ ਲੈ ਕੇ ਚਿੰਤਤ ਹੈ ਔਰ ਆਪਣੀ ਪੜਾਈ ਨੂੰ ਲੈ ਕੇ ਚਿੰਤਤ ਯੂਕਰੇਨ ਪਰਤਣ ਵਾਲੇ ਵਿਦਿਆਰਥੀ ਫਿਰ ਤੋਂ ਪਰੇਸ਼ਾਨ ਨੇ ਰੂਸੀ ਫੌਜ ਵੱਲੋਂ ਹਿੰਸਕ ਰਵੱਈਆ ਅਪਣਾਉਣ ਦੀ ਸੂਚਨਾ ਤੇ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਚਾਹੇਤਿਆਂ ਦੀ ਵੀ ਚਿੰਤਾ ਵੱਧ ਰਹੀ ਹੈ। ਦੀਵਾਲੀ ਤੋਂ ਬਾਅਦ ਪਰਤਣ ਦੀ ਤਿਆਰੀ ਕਰ ਰਹੇ ਜ਼ਿਆਦਾਤਰ ਵਿਦਿਆਰਥੀਆਂ ਨੇ ਆਪਣੀਆਂ ਟਿਕਟਾਂ ਕੈਨਸਲ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਬੁੱਧਵਾਰ ਨੂੰ ਕੁਝ ਵਿਦਿਆਰਥੀ ਦਿੱਲੀ ਹਵਾਈ ਅੱਡੇ ਤੋਂ ਵਾਪਸ ਪਰਤੇ। ਲਗਭਗ 20,000 ਭਾਰਤੀ ਵਿਦਿਆਰਥੀ ਯੂਕਰੇਨ ਦੀਆਂ ਵੱਖ-ਵੱਖ ਮੈਡੀਕਲ ਯੂਨੀਵਰਸਿਟੀਆਂ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਨੇ। ਇਸ ਸਾਲ ਫਰਵਰੀ ਅਤੇ ਮਾਰਚ ਵਿੱਚ ਇਹ ਵਿਦਿਆਰਥੀ ਯੂਕਰੇਨ ਉੱਤੇ ਰੂਸੀ ਹਮਲੇ ਤੋਂ ਬਾਅਦ ਭਾਰਤ ਵਾਪਸ ਆਏ। ਇੱਥੇ ਆਉਣ ਤੋਂ ਕਰੀਬ 1 ਮਹੀਨੇ ਬਾਅਦ ਯੂਕਰੇਨ ਦੀਆਂ ਯੂਨੀਵਰਸਿਟੀਆਂ ਵੱਲੋਂ ਆਨਲਾਈਨ ਸਿੱਖਿਆ ਸ਼ੁਰੂ ਕਰ ਦਿੱਤੀ ਗਈ। ਪਰ ਵਿਹਾਰਕ ਸਖਲਾਈ ਦੀ ਕਾਰਨ ਬਹੁਤ ਸਾਰੇ ਵਿਦਿਆਰਥੀ ਅਗਸਤ ਤੇ ਸਤੰਬਰ ਵਿੱਚ ਯੂਕਰੇਨ ਪਰਤ ਗਏ ਸੀ ਹੋਰ ਵਿਦਿਆਰਥੀਆਂ ਨੇ ਦਿਵਾਲੀ ਤੋਂ ਬਾਅਦ ਛੁੱਟੀ ਕਰਨ ਦੀ ਤਿਆਰੀ ਕੀਤੀ ਸੀ ਯੂਕਰੇਨ ਦੀ ਮੈਡੀਕਲ ਯੂਨੀਵਰਸਿਟੀ ਵਿੱਚ 6ਵੇਂ ਸਾਲ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਦੱਸਿਆ ਹੈ ਬੱਚਿਆਂ ਨੇ ਕਿ ਉਹਨਾਂ ਦਾ ਕੋਰਸ ਅਗਲੇ ਸਾਲ ਜੂਨ ਤੱਕ ਪੂਰਾ ਹੋ ਜਾਏਗਾ ਭਾਰਤ ਵਿੱਚ ਪ੍ਰੈਕਟੀਕਲ ਨਾ ਹੋਣ ਕਾਰਨ ਉਹਨਾਂ ਨੂੰ ਸਤੰਬਰ ਵਿੱਚ ਯੂਕਰੇਨ ਪਰਤਣਾ ਪਿਆ ਨਾਲ ਦੇ ਨਾਲ ਭਾਰਤ ਸਰਕਾਰ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ ਕਿ ਜਿੰਨੇ ਭਾਰਤੀ ਨੇ ਜਲਦੀ ਤੋਂ ਜਲਦੀ ਯੂਕਰੇਨ ਛੱਡ ਦੇਣ ਸਿਵਲ ਹਵਾਵਾਜ਼ੀ ਡਾਇਰੈਕਟੋਰੇਟ ਜਰਨਲ ਨੇ ਸ਼ੁੱਕਰਵਾਰ ਨੂੰ ਸਪਾਈਸ ਜੈਟ ਨੂੰ ਵੱਡੀ ਰਾਹਤ ਦਿੰਦੇ ਹੋਏ ਇਸ ਤੇ ਲਗਾਈ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਸਪਾਈਸ ਜੈਟ ਤੇ ਤਕਨੀਕੀ ਖਰਾਬੀ ਕਾਰਨ ਪਾਬੰਦੀ ਲਗਾਈ ਗਈ ਸੀ ਸਪਾਈਸ ਜੈਟ ਨੂੰ ਕੇਵਲ 50% ਦੀ ਉਡਾਣਾਂ ਚਲਾਉਣ ਦੀ ਆਗਿਆ ਦਿੱਤੀ ਗਈ ਸੀ ਹਾਲਾਕੀ 27 ਜੁਲਾਈ 2022 ਦੇ ਆਦੇਸ਼ ਦੇ ਤਹਿਤ ਲਗਾਈ ਗਈ ਪਾਬੰਦੀ 29 ਅਕਤੂਬਰ ਤੱਕ ਲਾਗੂ ਰਹੇਗੀ 에어ਲਾਈਨ ਕੰਪਨੀ ਸਪਾਈਸ ਜੈਟ 3 ਅਕਤੂਬਰ ਤੋਂ ਪੂਰੀ ਸਮਰੱਥਾ ਨਾਲ ਉਡਾਣਾਂ ਚਲਾ ਸਕੇਗੀ ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਪਾਈਸ ਜੈਟ ਨੇ ਨਿਗਰਾਨੀ ਦੇ ਸਮੇਂ ਦੌਰਾਨ ਆਪਣੇ ਕੰਮ ਕਾਜ ਵਿੱਚ ਸੁਧਾਰ ਦਿਖਾਇਆ ਇਸ ਤੋਂ ਪਹਿਲਾਂ 21 ਸਤੰਬਰ ਨੂੰ ਡੀਜੀਸੀਏ ਨੇ ਸਪਾਈਸ ਜੈਟ ਦੀ ਉਡਾਣ ਸਮਰੱਥਾ ਤੇ ਪਾਬੰਦੀਆਂ ਵਧਾ ਦਿੱਤੀਆਂ ਸਨ ਸਿਕਮ ਦੇ ਪਾਇਓਂਗ ਵਿੱਚ ਗ੍ਰੀਨਫੀਲਡ ਹਵਾਈ ਅੱਡੇ ਲਈ ਰੋਜ਼ਾਨਾ ਉਡਾਣਾਂ ਦਾ ਸੰਚਾਲਨ ਕਰਨ ਵਾਲੀ ਇਕਲੌਤੀ ਹਵਾਵਾਜ਼ੀ ਕੰਪਨੀ ਸਪਾਈਸ ਜੈਟ ਨੇ ਸਿਕਮ ਵਿੱਚ ਕੰਮਕਾਜ ਮੁਅੱਤਲ ਕਰੇਗੀ ਖਰਾਬ ਮੌਸਮ ਅਤੇ ਘੱਟ ਵਿਜ਼ਿਬਿਲਿਟੀ ਸਮੇਤ ਸੰਚਾਲਨ ਦੀਆਂ ਰੁਕਾਵਟਾਂ ਦੇ ਕਾਰਨ ਸਿਕਮ 'ਚ 30 ਅਕਤੂਬਰ ਤੋਂ ਫਲਾਈਟ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ ਹੈ ਨੈਸ਼ਨਲ ਕੰਪਨੀ ਲਾ ਅਪੀਲਟ ਟ੍ਰਿਬਿਊਨਲ ਨੇ ਸ਼ੁੱਕਰਵਾਰ ਨੂੰ ਜੈਟ 에ਅਰਵੇਜ਼ ਦੇ ਨਵੇਂ ਮਾਲਕ ਜ਼ਲਾਨ ਕਲਾ ਕਨਸਟੋਰੀਅਮ ਨੂੰ 에ਅਰਲਾਈਨ ਦੇ ਕਰਮਚਾਰੀਆਂ ਨੂੰ ਬਕਾਇਆ ਪੀਐਫ ਅਤੇ ਗ੍ਰੈਚੂਇਟੀ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ। ਇਹ ਸਨ ਇਸ ਹਫਤੇ ਦੀ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਅਗਲੇ ਹਫਤੇ ਫਿਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬ ਮੇਲ ਯੂਐਸ ਟੀਵੀ ਤੇ ਬਰਨ ਕਰਮਾਨ ਨੂੰ ਦੇ ਦਿਓ ਆਗਿਆ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ।